ਟਰੋ ਕੀ ਹਾਲ ਚਾਲ ਵੈਲਕਮ ਬੈਕ ਟੂ ਹਦਰਸ ਲੌਗ ਤੇ ਅੱਜ ਕਰਦੇ ਆ ਆਪਣੇ ਰਾਤ ਦੀ ਸ਼ੁਰੂਆਤ ਸ਼ੁਰੂ ਦਿਨ ਦੀ ਤੱਕ ਆਦੀ ਆ ਤੇ ਟਰੈਕਟਰ ਟਰੱਕਟਰ ਧੋਣੇ ਆ ਆਪਾਂ ਉਦੋਂ ਦੇ ਗੰਦੇ ਖੜੇ ਆ ਅੱਜ ਕੁਝ ਬੜਾ ਨਹੀਂ ਕੀਤਾ ਆਪਾਂ ਦਿਨੇ ਇਦਾਂ ਹੀ ਨਿਕਲ ਗਿਆ ਵੇਟ ਲਿਆਂਦੇ ਆਪਾਂ ਵੇਟ ਵੀ ਕਸਾਂਗੇ ਵੇਟ ਮੈਂ ਦਿਖਾਤੇ ਉਹਨਾਂ ਦੇ ਬਾਰੇ ਦੱਸਣਾ ਭੁੱਲ ਗਿਆ ਤੇ ਟਰੈਕਟਰ ਧੋਵਾਗੇ ਅੱਜ ਮੇਨ ਕੰਮ ਆਪਣਾ ਟਰੈਕਟਰ ਧੋਣ ਦਾ ਵਾ ਹਾਂਜੀ ਮਿੱਤਰੋ ਕੀ ਹਾਲ ਚਾਲ ਵੈਲਕਮ ਬੈਕ ਟੂ ਅਨਦਰ ਵਲੌਗ ਤੇ ਅੱਜ ਗਏ ਸੀ ਸਕੂਲ ਸੋ ਅੱਜ ਵਲੌਗ ਦੁਪਹਿਰੋਂ ਬਾਅਦ ਹੀ ਸ਼ੁਰੂ ਕਰ ਰਹੇ ਹਾਂ ਕਿ ਆਜ ਦੇ ਵਲੌਗ ਦੇ ਵਿੱਚ ਕੁਝ ਜ਼ਿਆਦਾ ਨਹੀਂ ਹੈਗਾ ਬਸ ਆਪਾਂ ਤੁਹਾਨੂੰ ਅੱਜ ਦੱਸਣਾ ਵਾ ਆਪਣੇ ਸੁਪਰ ਸੀਡਰ ਬਾਰੇ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਦੱਸਾਂਗੇ ਤੇ ਉਹਦੀਆਂ ਅਜੇ ਡਿਟੇਲਾਂੀਆਂ ਦੇ ਦਿੰਨੇ ਆ ਤੁਹਾਨੂੰ ਹਾਲੈਂਡ ਦੇ ਵੀ ਵੇਟ ਦਿਖਾ ਦਿੰਨੇ ਆ ਸੁਪਰ ਸੀਡਰ ਇੱਥੇ ਕੱਢਤਾ ਸੀ ਆਪਾਂ ਮਾਲਚਰ ਗਾਂ ਖੜਾ ਵਾ ਇਹ ਹੌਲੈਂਡ ਦੇ ਹੁਣ ਵੀਟ ਇਧਰੋਂ ਜੇ ਦੇਖਦੇ ਆ ਤਾਂ ਆ ਦੇਖੋ ਅੱਠ ਪਲੇਟਾਂ ਨੇ ਇਹ 40 ਕਿਲੋ ਦੀਆਂ ਤੇ ਅੱਠ ਵੀ ਸਾਨੂੰ ਘੱਟ ਹੀ ਲੱਗ ਰਹੀਆਂ ਨੇ ਆ ਦੇਖੋ ਆ ਜਿਹੜਾ ਉਹੀ ਗੁੱਲਾ ਜਿਹੜਾ ਵਿੱਚ ਆਉਂਦਾ ਹੁੰਦਾ ਉਹਦੇ ਉਹੀ ਇੱਥੇ ਲਾਤਾ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਇੱਕ ਮੈਂ ਪਾਈ ਸੀਗੀ ਵੀ ਸੁਪਰ ਸੀਡਰ ਬਾਰੇ ਉਹ ਚ ਮੈਂ ਦੱਸਿਆ ਸੀਗਾ ਮੈਸ਼ੀਓ ਸੁਪਰ ਸੀਡਰ ਦੀਆਂ ਖੂਬੀਆਂ ਜੋ ਕਿ ਮੈਨੂੰ ਵਧੀਆ ਲੱਗੀਆਂ ਵੀ ਮੈਂ ਕਿਉਂ ਖਰੀਦਿਆ ਉਹ ਚੀਜ਼ ਦਾ ਤੁਹਾਨੂੰ ਦੱਸਿਆ ਸੀ ਆਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੁਪਰ ਸੀਡਰ ਦੀਆਂ ਗਰਾਰੀਆਂ ਹੋ ਗਈਆਂ ਸੁਪਰ ਸੀਡਰ ਦੇ ਚੱਕਰ ਮਿਲਣ ਵਾਲੀ ਗੱਲ ਹੋ ਗਈ ਹੈ ਨਾ ਤੇ ਉਹਨਾਂ ਚੀਜ਼ਾਂ ਬਾਰੇ ਦੱਸੂ ਜਿੰਨੀਆਂ ਕਿ ਮੈਨੂੰ ਹੁਣ ਪਤਾ ਲੱਗੀਆਂ ਨੇਗੀਆਂ ਚਲਾਉਣ ਤੋਂ ਬਾਅਦ ਵੀ ਕਿਵੇਂ-ਕਿਵੇਂ ਹੁੰਦਾ ਹੁੰਦਾ ਸਭ ਤੋਂ ਪਹਿਲਾਂ ਜੇ ਆਪਾਂ ਇਹ ਸੁਪਰ ਸੀਡਰ ਦੀ ਗੱਲ ਕਰੀਏ ਤੁਸੀਂ ਕਮੈਂਟ ਸੈਕਸ਼ਨ ਵੀ ਦੇਖੇ ਹੋਣਗੇ ਰੀਲਸ ਦੇ ਵਿੱਚ ਸਾਰੇ ਬੰਦੇ ਹੀ ਪੁੱਛ ਰਹੇ ਵੀ ਵੀਰੇ ਕਿਹੜੀ ਗਰਾਰੀ ਐਨੀ ਸਫਾਈ ਕਾ ਤੇ ਆ ਰਹੀ ਆ ਵੀਰੇ ਗਰਾਰੀ ਨਾਲ ਦੀ ਆ ਜੀ 20 17 ਦੀ ਗਰਾਰੀ ਐ 20 ਕਰਾਰੀ ਇਹਦੀ ਹੈਗੀ ਆ ਇਨਪੁਟ ਅ ਇਨਪੁਟ ਕਰਾਰੀ 17 ਕਰਾਰੀ ਹੈਗੀ ਇਹਦੀ ਆਉਟਪੁਟ ਕਰਾਰੀ ਹੁਣ ਉਹਦਾ ਸਿਸਟਮ ਵੀ ਤੁਹਾਨੂੰ ਸਮਝਾ ਦਿੰਦਾ ਮੈਂ ਜਿਹੜੀ ਇਥੋਂ ਪੀਟੀਓ ਨੇ ਟਰੈਕਟਰ ਤੋਂ ਗੇੜੇ ਲੈਣੇ ਹਨ ਯਾਨੀ ਇਹ ਟਰੈਕਟਰ ਨੇ ਘਮਾਉਣੀਆਂ ਹੈ ਕਰਾਰੀ ਉਹਨੂੰ ਇਨਪੁਟ ਕਰਾਰੀ ਕਹਿ ਰਹੇ ਕਹਿ ਦਿੰਦੇ ਆ ਵੀ ਜਿਹੜੀ ਗੇੜੇ ਲੈ ਰਹੀ ਆ ਆਪਦੇ ਅੰਦਰ ਜਿਹੜੀ ਜਿਹਨੇ ਜਿਹੜੀ ਪਹਿਲਾਂ ਇਧਰਲੀ ਸਾਈਡ ਕਰਾਰੀ ਆ ਗਈ ਜਿਹੜੀ ਇਧਰਲੀ ਸਾਈਡ ਆ ਗਈ ਕਰਾਰੀ ਉਹਨੂੰ ਆਉਟਪੁਟ ਕਰਾਰੀ ਕਹਿੰਦੇ ਜਿਹਨੇ ਗੇੜੇ ਰੂਲੇ ਨੂੰ ਦੇਣੇ ਆ ਘੁੰਮਣ ਲਈ ਇਨਪੁਟ ਕਰਾ ਰਹੀ ਹੈ ਦੀ 2 ਦੀ ਆਉਟਪੁਟ 17 ਦੀ ਹੈ। ਕਈ ਕਹਿੰਦੇ ਹਨ ਵੀ ਪੁੱਠੀਆਂ ਕਰਤੀਆਂ ਕਰਾਰੀਆਂ ਗੇੜੇ ਮਿਲਣੇ ਲੱਗੇ ਹਨ। ਉਹ ਇਨਪੁਟ ਆਉਟਪੁਟ ਘਮਾਉਣ ਵਾਲੀ ਗੱਲ ਹੁੰਦੀ ਹੁੰਦੀ ਹੈ। ਸੁਪਰ ਸ਼ੀਡਰ ਆਪਾਂ ਤੋਤਾ ਵੀ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਬਿੱਟੀ-ਮੁੱਟੀ ਹਜੇ ਵੀ ਮਾੜੀ ਜੋ ਪਿੱਛੇ ਜੰਮੀ ਰਹੀਗੀ। ਵੈਸੇ ਤਾਂ ਕੱਢਣਾ ਹੀ ਆ। ਸੋ ਤਾਂ ਕਰਕੇ ਮਾੜਾ ਜਿਹਾ ਤੋਤਾ ਸੀ। ਬਾਲਾ ਜਿਆਦਾ ਨਹੀਂ ਪਾਣੀ ਮਾਰੇ। ਤੇ ਇੱਕ ਵਾਰ ਸਭ ਤੋਂ ਪਹਿਲਾਂ ਤਾਂ ਜਿਹੜੇ ਤਵੇ ਨੇਗੇ ਤਵੇ ਤੁਸੀਂ ਲਾ ਕੇ ਅਸੀਂ ਕੌਲ ਕੀ ਕੀਤੀ ਵੀ ਅਸੀਂ ਤਵੇ ਨਹੀਂ ਸੀ ਲਾਏ ਨਾਲ ਸਾਡਾ ਥੋੜਾ ਜਿਹਾ ਟਰੈਕਟਰ ਐਦਾਂ ਜਿਵੇਂ ਪਿੱਛੋਂ ਧੱਕਾ ਮਾਰਦਾ ਸੀ ਸੁਪਰ ਸੀਡਰ ਟਰੈਕਟਰ ਨੂੰ ਤੇ ਜਦੋਂ ਅਸੀਂ ਤਵੇ ਲਾਏ ਗੇੜੇ ਮਿਲਣ ਲੱਗ ਗਏ ਵਧੀਆ ਗੇੜੇ ਮਿਲਣ ਲੱਗ ਗਏ ਤੇ ਵਧੀਆ ਸੁਪਰ ਸੀਡਰ ਚੱਲਿਆ ਗਰਾਰੀ ਨਾਲ ਦੀਆ ਹੋਰ ਇਹਦੇ ਵਿੱਚ ਕੀ ਦਸੀਏ ਤੁਹਾਨੂੰ ਅ ਇਹ ਹੀ ਆ ਮੈਂ ਤਾਂ ਗਰਾਰੀ ਤੇ ਆ ਚਾਰਟ ਲੱਗਿਆ ਹੋਇਆ ਤੁਸੀਂ ਦੇਖ ਲਓ ਆ ਦੇਖੋ ਆ ਦੇਖ ਲਓ ਚਲੋ ਬਾਧਾ ਹੋਰ ਵੀ ਸੌਕਾ ਹੋ ਗਿਆ ਸਮਝਾਉਣਾ ਤੁਹਾਨੂੰ ਆਪਣੇ ਇੱਥੇ 20 17 ਦੀ ਕਰਾਰੀ ਪਾਈ ਹੋਈ ਹੈ ਤੇ ਤੁਸੀਂ ਆ ਦੇਖ ਸਕਦੇ ਹੋ ਇਨਪੁਟ ਸ਼ਾਫਟ ਤੇ ਫਾਈਨਲ ਸ਼ਾਫਟ ਫਾਈਨਲ ਉਹ ਹੁੰਦੀ ਹੈ ਜਿਹੜੀ ਕਿ ਗਾਹਾਂ ਗੇੜੇ ਦਿੰਦੀ ਹੈ ਇਨਪੁਟ ਮੇਰੇ ਹਿਸਾਬ ਨਾਲ ਉਹ ਹੁੰਦੀ ਹੈ ਇੱਥੇ ਮੈਨੂੰ ਇੱਕ ਕਨਫਿਊਜ਼ਨ ਆ ਸਿਰਫ ਉਹ ਵੀ ਮੈਂ ਕਲੀਅਰ ਕਰਕੇ ਦੱਸ ਦੂੰਗਾ ਵੀ ਜਿਹੜੀ ਇਨਪੁਟ ਸ਼ਾਫਟ ਆ ਉਹਦੇ ਤੇ ਇੱਥੇ 17 ਲਿਖਿਆ ਹੋਇਆ ਵਾ ਤੇ ਜਿਹੜੀ ਫਾਈਨਲ ਸ਼ਾਫਟ ਆ ਤੇ ਇੱਥੇ ਆ ਤੇ ਗੇੜੇ ਇੱਥੇ ਲਿਖਿਆ ਹੋਇਆ 191 ਤੇ ਜਿਹੜੀ ਇੱਥੇ ਆ 540 rpm ਲਈ 264 ਤੇ ਦੂਜੇ ਤੇ ਲਿਖੀ ਹੋਈ ਆ 20 17 ਦੀ ਆਪਣੀ ਆ ਪਾਈ ਹੋਈ ਆ 20 17 ਦੀ A ਤੇ B ਇਹ ਕਨਫਰਮ ਮੈਂ ਕਰ ਲੂੰਗਾ ਵੈਸੇ ਸਾਡੀ ਆ ਰਿਹਾ 264 RPM ਵਾਲਾ B ਤੇ 17 ਇਨਪੁਟ ਤੇ ਪਾਇਨ ਸ਼ਾਫਟ ਤੇ ਹੋਰ 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 ਚੱਲਣ ਵਿੱਚ ਬਹੁਤ ਆ ਰਿਹਾ ਵਾ ਟਰੈਕਟਰ ਤੇ ਕੋਈ ਲੋਡ ਨਹੀਂ ਹੈਗਾ ਇਹਦਾ ਇੱਥੇ ਤਾਂ ਮੰਨ ਲ ਕੇ ਚੱਲੂ ਮੈਂ 마ਸ਼ੀਨ ਦੀ ਤਾਰੀਫ ਕਰਤੀ ਫਟੇ ਹੀ ਆ ਇੱਥੋਂ ਅਸੀਂ ਕੀ ਕੀਤਾ ਸੀ ਇੱਕ ਤਾਂ ਜਗ੍ਹਾ ਹੀ ਬਹੁਤ ਤੰਗ ਆ ਨਿਕਲਣਾ ਨੂੰ ਵੀ ਹੈ ਨਹੀਂ ਇਥੋਂ ਇੱਥੋਂ ਸੀ ਕੀ ਕੀਤਾ ਸੀਗਾ ਜਿਹੜੀ ਇੱਥੇ ਸੀਗੀ ਸਭ ਤੋਂ ਪਹਿਲਾਂ ਇਹ ਪਿੱਛੇ ਵਾਲਾ ਰੂਲੇ ਦੀ ਪੁਆਇੰਟ ਇੱਥੇ ਸੀ ਇਹਨੂੰ ਇੱਕ ਥੱਲੇ ਕਰਤਾ ਸੀ ਤੇ ਆਹ ਚੀਜ਼ ਅਸੀਂ ਚੇਂਜ ਕਰਨੀ ਹੈ ਹਜੇ ਇੱਥੋਂ ਕੱਢ ਕੇ ਇੱਥੇ ਪਾਉਣਾ ਹੈ ਉਹਦੇ ਨਾਲ ਕੀ ਹੁੰਦਾ ਰੂਲਾ ਥੋੜਾ ਨਾ ਚੋਕ ਹੁੰਦਾ ਹੁਣ ਤਾਂ ਚਲੋ ਲੱਗਿਆ ਹੋਇਆ ਘੁੰਮ ਨਹੀਂ ਰਿਹਾ ਇੱਥੋਂ ਦੇਖ ਜੂ ਆਹ ਚੀਜ਼ ਚੋਕ ਹੁੰਦੀ ਹੈ ਸੋ ਇਹਨੂੰ ਉੱਪਰ ਕਰ ਦੇਣਾ ਉਹਦੇ ਨਾਲ ਚੋਕ ਹੋਣੋਂ ਹਟ ਜੂਗਾ ਇਹ ਤੇ ਆਹ ਹੁਣ ਇੱਕ ਤੁਹਾਨੂੰ ਚੀਜ਼ ਦਿਖਾਉਣਾ ਹੈ ਹੋਰ ਉੰਦਰੋਂ ਪੂਰਾ ਮਿੱਟੀ ਨਾਲ ਭਰਿਆ ਪਿਆ ਤੇ ਆਹ ਚਾਰਟ ਦਿਖਾਉਣਾ ਮੈਂ ਤੁਹਾਨੂੰ ਇਹਦੇ ਵਿੱਚ ਤੁਸੀਂ ਜਿਹੜੇ ਆ ਲਿਖੇ ਹੋਏ ਨੇ ਨਾ 1 2 3 4 ਇੱਕ ਮਿੰਟ ਸੂਰਜ ਦੀ ਲਾਈਟ ਪੈ ਰਹੀ ਹੈ ਐਂ ਐਡਜਸਟ ਕਰ ਲਓ ਸੂਰਜ ਦੀ ਲਾਈਟ ਪੈਂਦੀ ਰਹੇ ਕਿਉਂਕਿ ਸੂਰਜ ਮੂਰੇ ਆ ਤੇ ਇੱਥੇ ਜਿਹੜੇ ਲਿਖੇ ਹੋਏ ਨੇ 1 2 3 4 ਆਹ ਇਹ ਸਾਰੀਆਂ ਇਹਦੀਆਂ ਚੂੜੀਆਂ ਨੇ ਤੇ ਇਹਦੇ ਵਿੱਚ ਆਪਾਂ ਨੂੰ 7 ਫੁੱਟ 8 ਫੁੱਟ 9 ਫੁੱਟ ਤੱਕ ਆਪਾਂ ਨੂੰ ਦਿੱਤਾ ਹੋਇਆ ਚਾਰਟ ਦੇ ਵਿੱਚ ਐਡਜਸਟ ਕਰਨ ਲਈ ਜਿਹੜਾ ਕਿ 9 ਫੁੱਟ ਵਾਲਾ ਹੁੰਦਾ ਵਾ ਉਹਦੇ ਵਿੱਚ ਜਿਹੜਾ ਲੀਵਰ 1 ਹੁੰਦਾ ਆਹ ਵਾਲਾ ਆਹ ਪੁਆਇੰਟ ਲੀਵਰ 1.7 ਤੋਂ ਉੱਤੇ ਉਹਦੇ ਵਿੱਚ ਜੇ ਤੁਸੀਂ ਇੱਕ ਚੂੜੀ ਰੱਖਦੇ ਹੋ ਤਾਂ ਤੁਹਾਡਾ ਜਿਹੜਾ B ਆ ਕੀਲੇ ਦਾ ਉਹ 14 ਕਿਲੋ ਦਾ ਪਊਗਾ ਦੂਜੇ ਤੇ 19 18 ਦਾ ਤੀਜੇ ਤੇ 17 ਦਾ ਇਹ ਤੁਸੀਂ ਦੂਜੀ ਚੂੜੀ ਤੇ ਰੱਖਦੇ ਹੋ ਤਾਂ ਉਹਦੇ ਤੇ ਪਹਿਲੇ ਤੇ 24 30 31 ਪਰ ਏਕੜ ਦੀ ਆ ਇਹ ਸਾਰੀ ਤੇ ਉਸ ਤੋਂ ਆ 4 4 ਦੇ ਉੱਤੇ ਲੀਵਰ 1 ਤੇ 55 ਆ 68 ਤੇ 73 ਮੇਰੇ ਹਿਸਾਬ ਨਾਲ 3rd ਚੂੜੀ ਤੇ ਥੋੜੀ ਜੀ ਨਾ ਜਿਵੇਂ ਆ ਦੋ ਦੂਜੇ ਲੀਵਰ ਤੇ ਰੱਖ ਕੇ 52 ਕਿਲੋ ਪਾਵੇ ਵੀ ਇਹ ਸਹੀ ਆ ਬਿਲਕੁਲ ਮੇਰੇ ਹਿਸਾਬ ਨਾਲ ਬਾਕੀ ਫਰਟੀਲਾਈਜ਼ਰ ਦਾ ਤਾਂ ਸਿੰਪਲ ਹੀ ਆ ਪਹਿਲੀ ਚੂੜੀ ਤੇ 6 ਲਿਖਿਆ ਹੋਇਆ ਦੂਜੀ ਤੇ 30 ਤੀਜੀ ਤੇ 57 7 ਫੁੱਟ ਲਈ 8 ਫੁੱਟ 9 ਫੁੱਟ ਲਈ ਨਹੀਂ ਦਿਖਾਉਣਾ ਸੀ ਕਾਲਾ ਪਹੋਲੈਂਡ ਵੀ ਤੋਤਾ ਸੀਗਾ ਤੇ ਸੁਪਰ ਸੀਡਰ ਵੀ ਹਸਤਾ ਮੈਂ ਪਰੋਂ ਇਹੀ ਨੇ ਕੁਸ਼ਕ ਮੈਂ ਰੀਅਲ ਵੀ ਅਪਲੋਡ ਕਰ ਦੂੰਗਾ ਤੁਹਾਨੂੰ ਸਮਝ ਆ ਜੂਗੀ ਬਾਕੀ ਤਾਂ ਆਪ ਦੇ ਵਿੱਚ ਕੁਸ਼ ਮੇਨ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਇਹੀ ਦੱਸਣਾ ਸੀ ਇਹਦੇ ਗੇੜਿਆਂ ਦਾ ਸਿਸਟਮ ਕੀ ਹੁੰਦਾ ਵਾ ਬਹੁਤ ਵੀਰਾਂ ਦਾ ਸਵਾਲ ਫੋਨ ਆਏ ਸੋ ਇਹ ਦੇ ਕਰਕੇ ਮੈਂ ਤੁਹਾਡੀ ਡਿਮਾਂਡ ਦੇ ਉੱਤੇ ਵੀਡੀਓ ਬਣਾ ਰਿਹਾ ਹਾਂ ਵੀ ਸਭ ਤੋਂ ਪਹਿਲਾਂ ਮੇਰੀ ਗੱਲ ਨਾ ਸੁਣਿਓ ਸਭ ਤੋਂ ਪਹਿਲਾਂ ਆਪਦੀ ਕੰਪਨੀ ਨੂੰ ਕੰਟੈਕਟ ਕਰੋ ਜਿਹੜੇ ਵੀ ਡੀਲਰ ਤੋਂ ਡੀਲਰ ਨੂੰ ਕੰਟੈਕਟ ਕਰੋ ਕੰਪਨੀ ਦਾ ਡੀਲਰ ਨੂੰ ਕੰਟੈਕਟ ਕਰੋ ਜਿਹੜੇ ਡੀਲਰ ਨੇ ਤੁਹਾ ਜਿਹਦੇ ਨਾਲ ਮਤਲਬ ਤੁਸੀਂ ਜੀ ਤੋਂ ਤੁਸੀਂ ਲਿਆ ਵਾ ਸੁਪਰਸੀਡਰ ਉਹਦੇ ਨਾਲ ਗੱਲ ਕਰੋ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕੀ ਕਹਿ ਰਿਹਾ ਵਾ ਹੁਣ ਮੇਰੇ ਕਹੇ ਤੇ ਆ ਚੜ੍ਹਦੇ ਹਿਸਾਬ ਨਾਲ ਨਾ ਚੱਲਿਓ ਇਹ ਚੜ੍ਹਦੇ ਹਿਸਾਬ ਨਾਲ ਜੇ ਕਿਸੇ ਨੇ ਚੱਲਣਾ ਉਹ ਮੈਸ਼ੂ ਵਾਲਾ ਹੀ ਚੱਲੇ ਉਹ ਤੋਂ ਬਿਨਾਂ ਕੋਈ ਨਾ ਚੱਲੇ ਮੇਰੇ ਹਿਸਾਬ ਨਾਲ ਵੀ ਕੋਈ ਨਾ ਚੱਲੇ ਕਿਉਂਕਿ ਮੇਰੇ ਹਿਸਾਬ ਨਾਲ ਜੇ ਚੱਲੋਗੇ ਤੁਹਾਡੇ ਖੇਤਾਂ ਦਾ ਵੀ ਫਰਕ ਹੋ ਸਕਦਾ ਤੁਹਾਡੇ ਟਰੈਕਟਰ ਦਾ ਵੀ ਹੁਣ ਮੇਰੇ 36 30 ਤੇ ਤਾਂ 20 17 ਦੀ ਪਰਫੈਕਟ ਆ ਮੈਨੂੰ ਲੋੜ ਹੀ ਨਹੀਂ ਪਈ ਬਦਲਣ ਦੀ ਉਹ ਖਬਰਾ ਜੋਂਡੀਅਰ ਤੇ ਜੋਂਡੀਅਰ ਦੇ ਅੱਡ ਗੇੜੇ ਨੇ ਸਵਰਾਜ ਦੇ ਅੱਡ ਗੇੜੇ ਹਰੇਕ ਟਰੈਕਟਰ ਦੇ ਆਉਂਦੇ ਆ ਦੇ ਅੱਡ ਗੇੜੇ ਨੇ ਸੋਨਾਲੀਕਾ ਦੇ ਅੱਡ ਗੇੜੇ ਹੁੰਦੇ ਆ ਹਰੇਕ ਚੀਜ਼ ਮਤਲਬ ਉਹ ਆਪ ਦੇ ਆ ਦੇ ਅੱਡ ਗੇੜੇ ਡਿਊਟਸ ਦੇ ਅੱਡ ਗੇੜੇ ਨੇ ਡਿਊਟਸ 750 RPM ਤੇ ਚੱਲਦਾ ਉਹਦੇ ਵੱਖਰੀ ਆ ਸਿਸਟਮ ਤੇ ਇਹ ਤੁਸੀਂ ਆਪ ਦਾ ਆਪ ਦੇਖ ਲਿਓ ਹੁਣ ਆਪਾਂ 네ਗੇਟਿਵ ਪੁਆਇੰਟ ਤੇ ਵੀ ਆ ਜਾਈਏ ਸੁਪਰਸੀਡਰ ਤੇ 10 not ਇਹਦੇ ਨਟ ਜਿਨ੍ਹਾਂ ਤੇ ਸਿੰਗਲ ਬੋਲਟ ਲੱਗਿਆ ਹੋਇਆ ਮੈਂ ਰਿਕਮੈਂਡ ਇਹ ਕਰਦਾ ਮਾਂ ਵੀ ਇੱਕ ਵਾਰ ਜਿੰਨੇ ਵੀ ਨਟ ਨੇਗੇ ਤੁਹਾਡੇ ਸਿੰਗਲ ਬੋਲਟ ਵਾਲੇ ਟਾਪੇ ਵਾਲੇ ਉਹ ਇੱਕ ਵਾਰ ਕੱਸ ਲਿਓ ਮੇਰਾ ਹਰਾ ਰਾਤ ਨੂੰ ਬੌਂਦੇ ਦਾ ਨਟ ਡਿੱਗ ਗਿਆ ਸੀ ਸੋ ਇਹ ਹੁਣ ਮੈਂ ਇਦਾਂ ਚੜਿਆ ਹੋਇਆ ਵਾ ਤੇ ਮੈਸ਼ੂ ਵਾਲੇ ਚਲੋ ਇੰਨੇ ਤਾਂ ਕਤਰ ਕਰਦੇ ਆ ਆਪਦੇ ਕਸਟਮਰਸ ਦੀ ਉਹਨਾਂ ਨੇ ਕਹਿਤਾ ਸੀ ਕਹਿੰਦੇ ਵੀ ਵੀਰੇ ਲੈ ਜਾਓ ਨਵੇਂ ਹਨਾ ਇੱਕ ਉਹ ਉਹ ਸੀ ਨਟ ਵੱਖਰਾ ਜਿਹਾ ਉਹ ਵੀ ਡਿੱਗ ਗਿਆ ਸੀਗਾ ਹਾਂ ਦੋ ਨਟ ਡਿੱਗੇ ਸੀਗੇ ਸਾਡੇ ਬਾਕੀ ਸਭ ਸਹੀ ਆ ਬਾਕੀ ਕੋਈ ਖਰਾਬੀ ਨਹੀਂ ਹੈਗੀ ਕੁਝ ਨਹੀਂ ਹੈਗੀ ਬਾਕੀ ਸਭ ਸਹੀ ਚੱਲ ਰਿਹਾ ਹੈ।